श्रोमणी पंथ अकाली बुढ़ा दल 96 करोड़ी चक्रवर्ती चलदा वहीर भारत वर्ल्ड पूरा विश्व जी पूरे विश्व के राजे सतगुरां ने बनाया सानू। अर्थ यह है जी, जो पातशाह ने फौज बनाई सी ना, एक आर्मी बनी सी जी। इंडिया के कोई आर्मी नहीं सी जी। मुगल आउंदे सी, चार चार आउंदे सी, लुट के लै जांदे सी इन्हां नूं जी। फिर सतगुरां ने औरंगजेब नूं कहा, जिहड़ा कहिंदा सी मैं एक कर देने आ, मैं दो नहीं रहण देने, ते महाराज कहिंदे इउं तीसर पंथ चलायन वड सूर गहेला, वाह वाह गोबिंद सिंह आपे गुर के। सो निहंग सिंघां दे इस पड़ा दे विच असीं घूम रहे हां, जिथे ਉਹ ਪੁਰਾਣਾ ਜਿਹੜਾ ਦ੍ਰਿਸ਼ ਜਾਂ ਜਿਹੜਾ ਆਪਾਂ ਪੜ੍ਹਦੇ ਹਾਂ ਜਾਂ ਸਾਡੇ ਜਿਹੜੇ ਦਿਮਾਗ ਦੇ ਵਿੱਚ ਉਹ ਤਸਵੀਰਾਂ ਚੱਲਦੀਆਂ ਹੁੰਦੀਆਂ ਜਿਹੜੀਆਂ ਇੱਥੇ ਵੇਖਣ ਨੂੰ ਮਿਲਦੀਆਂ, ਤੰਬੂ ਲੱਗੇ ਹੋਏ ਨੇ, ਭੁਚੰਗਣ ਭੁਚੰਗੀ ਬੈਠੇ ਹੋਏ ਨੇ, ਦੇਖੋ ਕਿਸ ਤਰ੍ਹਾਂ ਸ਼ਸਤਰਧਾਰੀ ਨੇ, ਅਤੇ ਨਿਹੰਗ ਸਿੰਘ ਸਾਡੇ ਨਾਲ ਬੈਠੇ ਹੋਏ ਨੇ, ਸਾਡੇ ਨਾਲ ਬਾਬਾ ਬਾਤ ਸਿੰਘ ਜੀ ਸਟੇਜ ਸਕੱਤਰ ਬੁੱਢਾ ਦਲ ਤੋਂ ਸਾਡੇ ਨਾਲ ਮੌਜੂਦ ਨੇ ਸਾਰੀ, ਇਹਨਾਂ ਨਾਲ ਆਪਾਂ ਗੱਲਬਾਤ ਕਰ ਲੈਂਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਖਾਲਸਾ ਜੀ, ਸਭ ਤੋਂ ਪਹਿਲਾਂ ਤਾਂ ਸਾਡੇ ਦਰਸ਼ਕਾਂ ਨੂੰ ਬੁੱਢਾ ਦਲ ਬਾਰੇ ਦੱਸੋ, ਅਹਿਮੀਅਤ ਕੀ ਆ, ਬੁੱਢਾ ਦਲ ਅਸਲ 'ਚ ਹੈ ਕੀ ਜੀ? ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ 96 ਕਰੋੜੀ ਚੱਕਰਵਰਤੀ ਚੱਲਦਾ ਵਹੀਰ ਭਾਰਤ ਵਰਲਡ ਪੂਰਾ ਵਿਸ਼ਵ ਜੀ, ਪੂਰੇ ਵਿਸ਼ਵ ਦੇ ਰਾਜੇ ਸਤਿਗੁਰਾਂ ਨੇ ਬਣਾਇਆ ਸਾਨੂੰ। ਧੰਨ ਧੰਨ ਸਾਹਿਬ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੇ ਜੋ ਬੁੱਢਾ ਦਲ ਸਥਾਪਿਤ ਕੀਤਾ ਸੀਗਾ, ਜਦੋਂ ਗੁਰੂ ਸਾਹਿਬ ਜੀ ਗਵਾਲੀਅਰ ਦੇ ਕਿਲ੍ਹੇ ਦੇ ਵਿੱਚ ਬੰਦ ਕੀਤੇ ਹੋਏ ਸਨ, ਉਦੋਂ ਬਾਬਾ ਬੁੱਢਾ ਸਾਹਿਬ ਜੀ ਅੰਮ੍ਰਿਤਸਰ ਸਾਹਿਬ ਤੋਂ ਪੂਰੇ ਆਪਣੇ ਨਾਲ ਬੁੱਢਿਆਂ ਦੀ ਟੋਲੀ ਲੈ ਕੇ ਪੂਰੀ ਪਾਲਕੀ ਦੇ ਵਿੱਚ ਪੋਥੀ ਸਜਾ ਕੇ ਕੀਰਤਨ ਕਰਦੇ ਹੋਏ ਗਵਾਲੀਅਰ ਪਹੁੰਚੇ। ਗਵਾਲੀਅਰ ਦੇ ਕਿਲ੍ਹੇ ਦੀਆਂ ਪਰਿਕਰਮਾ ਉਹਨਾਂ ਨੇ ਕੀਤੀਆਂ, ਕਿਉਂ ਕਿ ਉੱਥੇ ਦੀਨ ਦੁਨੀਆ ਦੇ ਮਾਲਕ, ਮੀਰੀ ਪੀਰੀ ਦੇ ਮਾਲਕ ਸਾਹਿਬ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਅੰਦਰ ਸਨ, ਅਤੇ ਜਦੋਂ ਉਹਨਾਂ ਦੀ ਮੁਲਾਕਾਤ ਕਰਾਈ ਗਈ ਬਾਬਾ ਬੁੱਢਾ ਸਾਹਿਬ ਜੀ ਨਾਲ ਗੁਰੂ ਸਾਹਿਬ ਦੀ, ਅਤੇ ਗੁਰੂ ਸਾਹਿਬ ਜੀ ਨੇ ਕਿਹਾ ਵੀ ਆ ਬੁੱਢਿਆਂ ਦਾ ਟੋਲਾ ਲੈ ਕੇ ਬਾਬਾ ਜੀ ਤੁਸੀਂ ਕਿੱਧਰ ਆਏ ਜੋ? ਉਹ ਕਹਿੰਦੇ ਬਾਬਾ ਜੀ ਅਸੀਂ ਤੁਹਾਡੀਆਂ ਪਾਤਸ਼ਾਹ ਰਿਹਾਈਆਂ ਵਾਸਤੇ ਆਏ ਹਾਂ। ਅਤੇ ਫਿਰ ਸਤਿਗੁਰਾਂ ਨੇ ਉਦੋਂ ਉਹਨਾਂ ਨੂੰ ਵਰ ਦਿੱਤਾ ਕਿ ਬਾਬਾ ਬੁੱਢਾ ਸਾਹਿਬ ਜੀ ਤੁਹਾਡੇ ਨਾਂ 'ਤੇ ਇੱਕ ਵਿਸ਼ਾਲ ਬੁੱਢਾ ਦਲ ਚੱਲੇਗਾ ਜੀ। ਇਹ ਸਾਹਿਬ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਬਖਸ਼ਿਸ਼ ਸਦਕਾ ਬੁੱਢਾ ਦਲ ਚੱਲਿਆ। ਫਿਰ ਬੁੱਢਾ ਦਲ ਦੀਆਂ ਜੋ ਕੁਰਬਾਨੀਆਂ ਹੋਈਆਂ, ਸਾਰੀ ਦੁਨੀਆ, ਸਾਰਾ ਸਿੱਖ ਜਗਤ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਭਲੀ ਭੀਤ ਜਾਣਦੀਆਂ ਨੇ। ਪਹਿਲੇ ਜਹੇਦਾਰ ਬਾਬਾ ਵਿਨੋਦ ਸਿੰਘ ਜੀ, ਉਹਨਾਂ ਤੋਂ ਲੈ ਕੇ ਆਹ ਜਿਹੜੀ ਧਰਤੀ 'ਤੇ ਆਪਾਂ ਬੈਠੇ ਹਾਂ, 7ਵੇਂ ਜਥੇਦਾਰ ਸਿੰਘ ਸਾਹਿਬ, ਜਹੇਦਾਰ ਬਾਬਾ ਹਨੂੰਮਾਨ ਸਿੰਘ ਜੀ ਅਕਾਲੀ, 96 ਕਰੋੜੀ ਬੁੱਢਾ ਦਲ, ਜਿਨ੍ਹਾਂ ਦੀ ਸ਼ਹੀਦੀ ਸਿੰਘ ਸ਼ਹੀਦਾਂ ਗੁਰਦੁਆਰਾ ਸੋਹਾਣਾ ਸਾਹਿਬ ਹੈ, ਉੱਥੇ ਹੋਈ। 10 ਤਾਂ ਇਹ ਲਿਖਦੇ ਨੇ, ਪਰ ਅਨੇਕਾਂ ਹੀ ਗੋਰਿਆਂ ਦੀ ਫੌਜ ਸੀ, ਜਿਹਦੇ ਵਿੱਚ ਕੁਝ ਉਹਨਾਂ ਦੇ ਚਪਲੀ ਚੱਟ ਜਿਹੜੇ ਪਟਿਆਲੇ ਦੇ ਸਨ, ਰਾਜੇ ਕਰਮ ਸਿੰਘ ਵਰਗੇ, ਉਹਨਾਂ ਨੇ ਮਿਲ ਕੇ ਇਹ ਆਪਣੇ ਸਿੰਘਾਂ ਦੇ ਉੱਤੇ ਅੰਗਰੇਜ਼ਾਂ ਨਾਲ ਮਿਲ ਕੇ ਹਮਲੇ ਕਰਵਾਏ। ਅਤੇ ਬੁੱਢਾ ਦਲ ਦਾ ਇੱਕ ਥੰਮ ਬਹੁਤ ਵੱਡਾ ਸਿੰਘ ਸਾਹਿਬ ਜਹੇਦਾਰ ਬਾਬਾ ਹਨੂੰਮਾਨ ਸਿੰਘ ਜੀ ਅਕਾਲੀ, 96 ਕਰੋੜੀ ਅਨੇਕਾਂ ਸਿੰਘਾਂ ਦੇ ਨਾਲ ਉਹਨਾਂ ਦੀ ਇਸ ਧਰਤੀ 'ਤੇ ਸ਼ਹਾਦਤ ਹੋਈ। ਇਹ ਧਰਤੀ 'ਤੇ ਖਾਲਸੇ ਦਾ ਰਾਜ ਸੀ, ਹੁਣ ਵੀ ਤੁਸੀਂ ਦੇਖੋ ਨਿਸ਼ਾਨ ਝੂਲ ਰਹੇ ਨੇ ਖਾਲਸੇ ਦੇ, ਖਾਲਸੇ ਦਾ ਰਾਜ ਅੱਜ ਵੀ ਇੱਥੇ ਹੈ ਜੀ। ਅਤੇ ਅੱਜ ਜੋ ਉਹਨਾਂ ਦੀ ਗੱਦੀ 'ਤੇ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਮੁਖੀ ਮੌਜੂਦਾ ਅਸਲੀ ਓਰਿਜਿਨਲ, ਬਾਕੀ ਦਾ ਕਈ ਸਰਕਾਰਾਂ ਦੇ ਬੰਦੇ ਨੇ ਨਾ, ਅਤੇ ਇਹ ਬਾਬਾ ਮਾਨ ਸਿੰਘ ਜੀ ਅਕਾਲੀ, 96 ਕਰੋੜੀ ਸਿੰਘ ਸਾਹਿਬ ਮੌਜੂਦ ਹਨ ਹੁਣ ਉਹਨਾਂ ਦੀ ਗੱਦੀ ਦੇ ਉੱਤੇ, ਬੁੱਢਾ ਦਲ ਦੇ ਉੱਤੇ ਪੂਰੇ ਸੰਤ ਸਾਧੂ ਸੁਭਾਅ ਵਾਲੇ ਅਤੇ ਵਾਰੀਅਰਸ ਵੀ ਨੇ ਜੀ। ਕਿਸਾਨ ਮੋਰਚੇ ਵਿੱਚ ਵੀ ਸਭ ਤੋਂ ਅੱਗੇ ਬੈਠੇ ਬਾਬਾ ਜੀ, ਜਿਹਨਾਂ 'ਚ ਇੱਕ ਜਿੱਤ ਪ੍ਰਾਪਤ ਨਹੀਂ ਹੋਈ, ਉੱਥੋਂ ਫੌਜਾਂ ਵਾਪਸ ਨਹੀਂ ਆਈਆਂ। ਹੁਣ ਵੀ ਸਾਰੀ ਕੌਮ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਬਾਬਾ ਜੀ ਆਪ ਖੜ੍ਹੇ ਨੇ। ਜਿਹੜਾ ਹੋਲਾ ਮਹੱਲਾ ਕੱਲ੍ਹ ਮਨਾਇਆ ਗਿਆ, ਉਹਦੇ ਵਿੱਚ ਪੂਰੀ ਮਰਜ਼ਾਦਾ ਅਨੁਸਾਰ, ਜਿਸ ਤਰ੍ਹਾਂ ਅਨੰਦਪੁਰ ਸਾਹਿਬ ਆਨੰਦਾਂ ਦੀ ਪੁਰੀ ਦੇ ਉੱਤੇ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਖਾਲਸੇ ਦੇ ਪਿਤਾ ਆਦਿ ਸ਼ਕਤੀ ਮਾਤਾ ਸਾਹਿਬ ਦੇਵਾਂ ਜੀ, ਉਹਨਾਂ ਵੱਲੋਂ ਆਨੰਦਾਂ ਦੀ ਪੁਰੀ ਵਿੱਚ ਹੋਲੇ ਮਹੱਲੇ ਮਨਾਏ ਜਾਂਦੇ ਸਨ, ਖੇਡੇ ਜਾਂਦੇ ਸਨ। ਉਸੇ ਤਰ੍ਹਾਂ ਹੀ ਇਸ ਪੁਆਧ ਦੀ ਧਰਤੀ 'ਤੇ ਪਹਿਲੀ ਵਾਰੀ ਹੋਇਆ ਕਿ ਜਿਹੜਾ ਹੋਲਾ ਮਹੱਲਾ ਖੇਡਿਆ ਗਿਆ, ਇਹ ਸਾਰੀ ਪੁਆਧ ਦੀ ਸੰਗਤ ਨੂੰ
ਅਸੀਂ ਹੋਲੇ ਮਹੱਲੇ ਦੀਆਂ ਕਰੋੜਾਂ ਕਰੋੜਾਂ ਵਧਾਈਆਂ ਦਿੰਦੇ ਹਾਂ। ਉਹਨਾਂ ਦੇ ਭਾਗ ਵੀ ਜਾ ਕੇ ਕਿ ਖਾਲਸਾ ਪੰਥ ਨੇ ਇੱਥੇ ਉਤਾਰੇ ਕੀਤੇ, ਕੌਮੀ ਇਨਸਾਫ਼ ਮੋਰਚਾ ਜੋ ਲੱਗਿਆ ਬੰਦੀ ਸਿੰਘਾਂ ਦੀਆਂ ਰਿਹਾਈਆਂ ਵਾਸਤੇ, ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਦੀਨ ਦੁਨੀਆਂ ਦੇ ਵਾਲੀ, ਜੋ ਉਹਨਾਂ ਦੀਆਂ ਪਿਛਲੇ ਸਮੇਂ 'ਚ ਬੇਅਦਬੀਆਂ ਹੋਈਆਂ ਜਾਂ ਸਿੰਘਾਂ ਨੂੰ ਗੋਲੀਆਂ ਮਾਰ ਕੇ ਇਹ ਸਮੇਂ ਦੀ ਸਰਕਾਰ ਨੇ ਸ਼ਹੀਦ ਕੀਤਾ, ਉਹਨਾਂ ਦੇ ਇਨਸਾਫ਼ ਵਾਸਤੇ ਇੱਥੇ ਜੋ ਮੋਰਚੇ ਲੱਗੇ ਨੇ ਉਹਨਾਂ ਦੇ ਵਿੱਚ ਬੁੱਢਾ ਦਲ, ਤਰਨਾ ਦਲ, ਟਕਸਾਲਾਂ, ਮਹਾਂਪੁਰਸ਼ ਸੰਤ ਜੋ ਵੀ ਕਾਰ ਸੇਵਾ ਵਾਲੇ ਬਹੁਤ ਵੱਡਾ ਯੋਗਦਾਨ ਪਾ ਰਹੇ ਨੇ। ਸਾਡੇ ਸਤਿਕਾਰਯੋਗ ਬਾਬਾ ਸਤਨਾਮ ਸਿੰਘ ਜੀ ਖਾਪੜਖੇੜੀ ਵਾਲੇ, ਇਹ ਸਾਰੇ ਬਾਬਾ ਰਾਜਾ ਰਾਜ ਸਿੰਘ ਜੀ ਤਰਨਾ ਦਲ ਅਰਬਾਂ ਖਰਬਾਂ, ਬਾਬਾ ਗੁਰਦੀਪ ਸਿੰਘ ਜੀ ਜਿਹੜੇ ਰਾਮਗੜੀਏ ਨੇ ਭਾਈ ਰੂਪਾ ਜੀ ਦੇ ਉਹਨਾਂ ਦੀ ਕੁਲ 'ਚ ਉਹਨਾਂ ਦਾ ਦਲ ਤਰਨਾ ਦਲ, ਬਾਬਾ ਗੁਰਸੇਵਕ ਸਿੰਘ ਜੀ ਤਰਨਾ ਦਲ, ਹੋਰ ਬਾਬਾ ਕੁਲਵਿੰਦਰ ਸਿੰਘ ਜੀ ਚੌਂਤੇ ਵਾਲੇ, ਮਿਸਲ ਬਾਬਾ ਜੁਝਾਰ ਸਿੰਘ, ਸਾਹਿਬਜ਼ਾਦਾ ਬਾਬਾ ਜੁਝਾਰ ਸਿੰਘ ਜੀ, ਹੋਰ ਸਾਰੇ ਬਾਬਾ ਆਪਣਾ ਅਮਨ ਸਿੰਘ ਜੀ ਅਤੇ ਬਾਬੇ ਖਾਪੜਖੇੜੀ ਵਾਲੇ, ਹੋਰ ਸਾਰੀਆਂ ਸੰਪਰਦਾਵਾਂ ਬਾਬਾ ਧੱਕੜ ਸਿੰਘ ਜੀ ਫਿਰੋਜ਼ਪੁਰ ਵਾਲੇ, ਸਾਰੇ ਇੱਥੇ ਰਲ ਮਿਲ ਕੇ ਬੈਠੇ ਨੇ, ਸਿਵਾਏ ਨਾ ਬਿਧੀ ਚੰਦੀਏ ਨਾ ਬਾਬੇ ਬਖਾਲੀਏ ਆਏ ਅਤੇ ਨਾ ਬਲਵੀਰ, ਤਾਂ ਚਲੋ ਤਾਂ ਸਰਕਾਰ ਦੇ ਬੰਦੇ, ਉਹਨਾਂ ਕਿੱਥੇ ਆਉਣਾ ਇੱਥੇ। ਅਤੇ ਇਹ ਤਾਂ ਕੌਮ ਦਾ, ਜਿਹੜੇ ਕੌਮ ਨੂੰ ਹਿੱਤ ਰੱਖਦੇ ਨੇ, ਜਿਹੜੇ ਅਣਖੀ ਨੇ, ਅਣਖ ਵੰਗਾਰ ਦੀ ਜਦੋਂ ਉਦੋਂ ਫਿਰ ਯੋਧੇ ਆਉਂਦੇ ਨੇ, ਜਦ ਵੀ ਧਰਮ ਦਾ ਕਿਤੇ ਵਿਰੋਧ ਹੋਇਆ ਜਾਨਾ ਹੱਸ ਕੇ ਵਾਰੀਆਂ ਖਾਲਸੇ ਨੇ ਗੁਰੂ ਗ੍ਰੰਥ ਅਤੇ ਪੰਥ ਦੀ ਸ਼ਾਨ ਬਦਲੇ, ਲਾਈਆਂ ਅਰਸ਼ ਉਡਾਰੀਆਂ ਖਾਲਸੇ ਨੇ, ਮੌਤ ਖਾਲਸੇ ਤੋਂ ਜੀਵਨ ਮੰਗਦੀ ਹੈ ਅਤੇ ਗਾਂ ਮੌਤ ਨੂੰ ਮਾਰੀਆਂ ਖਾਲਸੇ ਨੇ, ਖਾਲਸੇ ਨੇ ਨਾ ਕਦੀ ਕਿਸੇ ਦੀ ਈਣ ਮੰਨੀ ਹੈ ਨਾ ਮੰਨਣੀ ਹੈ।